ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਆਪਾਂ ਫੋਕ ਇੰਸਟਰੂਮੈਂਟਸ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗੇ ਵਿਦ ਜੋਨ ਸੁਨਾਮੀ ਵੀਰ। ਸਤਿ ਸ਼੍ਰੀ ਅਕਾਲ। ਸੋ ਇਕੱਲੇ ਇਕੱਲੇ ਇੰਸਟਰੂਮੈਂਟ ਬਾਰੇ ਦੱਸਾਂਗੇ, ਇੰਜੋਏ ਕਰਿਓ ਵੀਡੀਓ। ਲਓ ਜੀ ਪੇਸ਼ ਕਰਦੇ ਹਾਂ। ਪਹਿਲਾ ਸਾਜੇਗਾ ਭਾਜੀ ਕੁੰਬੀ, ਅਲਗੋਜੇ ਇੰਸਟਰੂਮੈਂਟ ਹੈ ਜਿਹੜਾ ਬਹੁਤ ਔਖਾ ਵਜਾਉਣਾ, ਸੋ ਕੋਈ ਕੋਈ ਬੰਦਾ ਵਜਾ ਸਕਦਾ। ਤੀਜਾ ਗਿਆ ਜੀ ਬੁਗਦੂ, ਸੁਣੋ ਜੀ। ਮੈਂ ਤੇਰੀ ਤੂੰ ਮੇਰਾ ਵੇ ਬੋਲਣਾ ਚਾਵੀ ਵੇ ਤੁੜ ਜਾਵੀ ਵੇ। ਹਾਏ ਲੋ ਜੀ ਬੁਗਦੂ ਵੀ ਸੁਣ ਲਿਆ ਤੁਹਾਨੇ। ਹੁਣ ਨੈਕਸਟ ਆ ਗਿਆ ਆਪਣਾ ਢੱਡ, ਢੱਡ ਢਾਡੀ ਜੱਥੇ ਵਾਲੇ ਯੂਜ ਕਰਦੇ ਆ ਤਾਂ ਦੇਖ। ਅੱਗੇ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਚੀਜ਼ ਮੈਂ ਵੀ ਪਹਿਲੀ ਵਾਰ ਦੇਖ ਰਿਹਾ। ਇੰਸਟਰੂਮੈਂਟ ਬਹੁਤ ਛੋਟਾ, ਦਿਖਾਓ ਜੀ। ਕਹਿੰਦੇ ਕਿ ਮੋਰ ਸ਼ੰਗ, ਮੋਰ ਸ਼ੰਗ ਇਹ ਰਾਜਸਥਾਨੀ ਫੋਕ ਇੰਸਟਰੂਮੈਂਟ ਆ, ਇਹਦੀ ਆਵਾਜ਼ ਸੁਣੋ। ਇਹ ਮੈਂ ਵੀ ਪਹਿਲੀ ਵਾਰ ਦੇਖੀ ਹੈ ਚੀਜ਼, ਬੜੀ ਅਨੁਭਵੀ ਚੀਜ਼। ਨੈਕਸਟ ਆ ਗਿਆ ਜੀ ਤੁੰਬਾ, ਬਹੁਤ ਚੱਕਵੀਆਂ ਚੱਕਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਤੁੰਬਾ ਹੌਲੀ ਹੌਲੀ ਫਿਰ ਵੀਡੀਓ ਹੋਰ ਵੀ ਪਾਣੀ ਆ ਨਾ, ਆਪਾਂ ਸਾਰੀ ਵੀਡੀਓ ਸੀ ਮੁਕਾ ਦਾਂਗੇ। ਹੌਲੀ ਹੌਲੀ ਏਦਾਂ ਹੀ ਤੁਹਾਨੂੰ ਇੰਟਰੋਡਕਸ਼ਨ ਦਿੰਦੇ ਰਹਾਂਗੇ। ਜੇ ਕਿਸੇ ਬਾਈ ਨੇ ਤੁੰਬੀ ਸਿੱਖਣੀ ਹੋਵੇ ਜਾਂ ਕਿਸੇ ਫੋਕ ਇੰਸਟਰੂਮੈਂਟ ਦੀ ਤਿਆਰੀ ਕਰਨੀ ਹੋਵੇ ਤਾਂ ਜੋਬਨ ਸੁਨਾਮੀ ਬਾਈ ਨੂੰ ਕੰਟੈਕਟ ਕਰਿਓ, ਵੀਡੀਓ ਥੱਲੇ ਲਿੰਕ ਦਿੱਤਾ ਹੋਇਆ, ਵੱਧ ਤੋਂ ਵੱਧ ਸ਼ੇਅਰ ਕਰਿਓ। ਠੀਕ ਹੈ ਜੀ, ਅਸੀਂ ਤੁਹਾਨੂੰ ਮਿਲਦੇ ਰਹਾਂਗੇ ਸੋਹਣੀ ਸੋਹਣੀ ਵੀਡੀਓ ਨਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।